ਬਰਾੜ ਏਜੰਸੀ ਤੋਂ ਅੱਜ ਤੁਹਾਡੇ ਲਈ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ ਤੁਹਾਨੂੰ ਫਰਬੋ ਬਾਰੇ ਜਾਣਕਾਰੀ ਦਿੰਦੇ ਹਾਂ। ਮੈਸ਼ੀਓ ਕੰਪਨੀ ਤੋਂ ਹਰਨਰਾਇਣ ਬਿੱਲਾ ਸਰ ਪਹੁੰਚੇ ਹੋਏ ਨੇ ਸਾਡੇ ਕੋਲ ਤੇ ਉਹ ਆਪਾਂ ਨੂੰ ਥੋੜੀ ਬਹੁਤੀ ਜਾਣਕਾਰੀ ਦੇਣਗੇ। ਬਿੱਲਾ ਸਰ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਠੀਕ ਹੋ? ਠੀਕ ਹੋ। ਤੇ ਇਹਦੇ ਬਾਰੇ ਸਾਨੂੰ ਅੱਜ ਜਾਣਕਾਰੀ ਦਿਓ। ਹਾਂਜੀ ਵੀਰੇ, ਇਹ ਕੀ ਕੰਮ ਕਰਦੀ ਹੈ, ਕੀ ਕੁਛ ਮਤਲਬ ਕਿ ਕਿਹੜੀ ਕਿਹੜੀ ਦੀ ਹੈ ਵੀ ਮਤਲਬ ਕਿ ਰੇਹ ਵਗੈਰਾ ਖਾਂਦੀ ਹੈ? ਇਹਦਾ ਵੀਰੇ ਮੇਨ ਕੰਮ ਆ ਆਪਣੀ ਜਿਹੜੀ ਹੈਗੀ ਹੈ ਜਮੀਨ ਉਹਦੇ ਵਿੱਚ ਆਪਣੀ ਜਿਹੜੀ ਖਾਦ ਆ ਉਹਦਾ ਛਿੜਕਾਅ ਕਰਨਾ, ਠੀਕ ਹੈ ਜੀ। ਹਾਂਜੀ, ਤੇ ਇਹਦੇ ਵਿੱਚ ਮੰਨ ਕੇ ਚੱਲੋ ਦਾਣੇਦਾਰ ਡੀ ਏ ਪੀ ਹੋ ਗਈ, ਠੀਕ ਹੈ ਜੀ, ਆਪਣੀ ਮਤਲਬ ਕਿ ਯੂਰੀਆ ਹੋ ਗਈ, ਦਾਣੇਦਾਰ ਕੋਈ ਵੀ ਚੀਜ਼ ਆ ਆਪਾਂ ਇਹਦੇ ਨਾਲ ਖਿਲਾ ਸਕਦੇ ਹਾਂ। ਦੋਨੋਂ ਸਾਈਡ ਇਹ 25-25 ਫੁੱਟ ਏਰੀਆ ਕਵਰ ਕਰਦੀ ਹੈ, ਕਵਰ ਕਰਦੀ ਹੈ। ਹਾਂਜੀ ਹਾਂਜੀ। ਤੇ ਇਹਦਾ ਮਟੀਰੀਅਲ ਕਿਹੜਾ ਮਟੀਰੀਅਲ? ਇਹਦਾ ਵੀਰੇ ਐਮ ਐਸ ਦਾ ਹੀ ਆ, ਇਹ ਮਾਸਕਿਓ ਕੰਪਨੀ ਦਾ ਇਟਲੀ ਮੇਡ। ਠੀਕ ਆ ਭਾਈ। ਇਹਦਾ weight ਦੀ ਗੱਲ ਕਰੀਏ ਤਾਂ weight ਕਿੰਨਾ? ਇਹਦਾ weight ਵੀਰੇ 60 kg ਆ। ਓਕੇ ਭਾਈ, ਠੀਕ ਹੈ ਜੀ। ਤੇ ਭਾਈ ਜੇ ਆਪਾਂ ਇਹਦੀ ਗੱਲ ਕਰੀਏ ਕਿ ਆਮ ਜ਼ਿਮੀਂਦਾਰ ਮਤਲਬ ਕਿ ਸੌਖਾ ਹੀ ਟਰੈਕਟਰ ਤੇ ਚਲਾ ਲੈਣਾ? ਹਾਂ ਹਾਂ, ਕੋਈ ਇਸ਼ੂ ਨਹੀਂ ਹੈਗਾ ਇਹਦਾ, ਕੋਈ ਟਰੈਕਟਰ ਪਾਵਰ ਨਾਲ ਵੀ ਆਪਾਂ ਕਹਿ ਲਈਏ ਵੀ ਆਪਾਂ ਨੂੰ ਇਹਦੇ ਵਾਸਤੇ 60 HP ਜਾਂ ਚਾਹੀਦਾ ਹੋਊਗਾ, ਮਤਲਬ ਕਿ 540 ਚੱਕਰ ਪੂਰੇ ਕਰ, 540 ਚੱਕਰ ਪੂਰੇ ਕਰੀ ਚੱਲੋ, ਵਧੀਆ ਚੱਲਦਾ। ਮੇਨ ਕੰਮ ਭਾਈ ਫਿਰ ਇਹ ਪਲੇਟ ਦਾ? ਹਾਂਜੀ ਹਾਂਜੀ, ਮੇਨ ਕੰਮ ਇਸ ਚੀਜ਼ ਦਾ ਜੀ, ਠੀਕ ਹੈ। ਉਧਰਲੇ ਸਾਈਡ ਤੋਂ ਇਹਦੇ ਦੋ ਹੈਂਡਲ ਲੱਗੇ ਹੋਏ ਆ। ਹਾਂਜੀ ਹਾਂਜੀ ਭਾਈ, ਠੀਕ ਹੈ। ਇਹਨੂੰ ਆਪਾਂ ਮੈਨੂਅਲੀ ਆਪਰੇਟ ਕਰ ਸਕਦੇ ਹਾਂ। ਓਕੇ ਭਾਈ, ਠੀਕ ਹੈ। ਇਹਦੀ ਇੱਕ ਸਾਈਡ ਆਪਾਂ ਖੋਲ ਵੀ ਸਕਦੇ ਹਾਂ, ਇੱਕ ਸਾਈਡ ਆਪਾਂ ਲੈ ਕੇ ਜਾਣੀ ਆ ਨਾ, ਇੱਕ ਬੰਦ ਵੀ ਹੋ ਜਾਂਦਾ, ਇੱਕ ਪਾਸਾ ਬੰਦ ਹੋ ਜਾਂਦਾ, ਇੱਕ ਪਾਸਾ ਖੁੱਲ ਜਾਂਦਾ, ਠੀਕ ਹੈ। ਇਹ ਦੋਵੇਂ ਇਕੱਠੇ ਵੀ ਵਰਕ ਕਰ ਲੈਂਦੇ ਆ ਤੇ ਸਿੰਗਲ ਸਿੰਗਲ ਵੀ, ਕਿਉਂਕਿ ਇਹਦੇ ਵਿੱਚ ਆਹ ਮਾਉਂਟਡ ਬੋਲਟ ਲੱਗਿਆ ਹੋਇਆ। ਹਾਂਜੀ ਹਾਂਜੀ, ਜੇ ਇਹਨੂੰ ਖੋਲ ਲਾਂਗੇ ਤਾਂ ਇਹ ਡਿਫਰੈਂਟ ਡਿਫਰੈਂਟ ਕੰਮ ਕਰੂਗਾ। ਜੇ ਮੰਨ ਲਓ ਇਹਨਾਂ ਨੂੰ ਇੱਕ ਸਾਥ ਮਤਲਬ ਜੇ ਆਪਾਂ ਸਾਈਡ ਤੇ ਉੱਤੇ ਨੇ, ਇੱਕ ਸਾਈਡ ਬੰਦ ਕਰਨੀ ਪੈ, ਇੱਕ ਸਾਈਡ ਬੰਦ ਕਰਨੀ ਪੈ ਜੇ ਤਾਂ ਆਪਾਂ ਇੱਕ ਸਾਈਡ ਬੰਦ ਵੀ ਕਰ ਸਕਦੇ। ਠੀਕ ਆ ਭਾਈ, ਠੀਕ ਹੈ ਜੀ। ਤੇ ਹੋਰ ਕੀ ਜਾਣਕਾਰੀ ਹੋਊਗੀ ਇਹਦੇ ਬਾਰੇ? ਹੋਰ ਵੀਰੇ ਇਹ ਤਕਰੀਬਨ ਜੇ ਮੇਨ ਆਪਣੇ ਮਤਲਬ ਕਿ ਇੰਡੀਆ ਦੇ ਵੀ ਪਾਉਂਦੇ ਆ, ਉਹਦੇ ਨਾਲ ਕੀ ਖਾਸੀਅਤ ਹੈ? ਇੱਕ ਮੇਨ ਵੀਰੇ ਇਹਦੀ ਕੁਆਲਿਟੀ, ਆਪਣੇ ਇੰਡੀਆ ਦੇ ਵਿੱਚ ਕੀ ਆ ਜਿਹੜੀ ਸ਼ੀਟ ਯੂਜ਼ ਹੁੰਦੀ ਆ ਉਹਦੀ ਕੁਆਲਿਟੀ ਗ੍ਰੇਡ ਬਿਲਕੁਲ ਘਟੀਆ, ਠੀਕ ਹੈ। ਇਹ ਚੀਜ਼ ਹੈ, ਇਹ ਕਿਤੇ ਵੀ ਤੁਸੀਂ ਦੇਖੋਗੇ ਵਰਲਡ ਕਲਾਸ ਫੇਮਸ ਨੰਬਰ 2 ਭਾਈ, ਵੇਖਣ ਨੂੰ ਤੇ ਜੋੜ ਵੀ ਹੈ ਨਹੀਂਗਾ, ਨਾ ਕੋਈ ਜੁਆਇੰਟ ਨਹੀਂ ਹੈਗਾ, ਬਿਲਕੁਲ ਓਕੇ ਹੱਥ ਦੀ ਤਰ੍ਹਾਂ ਭਾਈ ਜੀ, ਆਪਾਂ ਪੰਜਾਬੀ ਭਾਸ਼ਾ ਤੇ ਕਹਿ ਲਈਏ। ਹਾਂਜੀ ਹਾਂਜੀ, ਚਲੋ ਭਾਈ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਲੱਗਾ ਜਾਣਕਾਰੀ ਲੈ ਕੇ। ਥੈਂਕ ਯੂ ਸੋ ਮਚ। ਹੋਰ ਸਾਰਿਆਂ ਨੂੰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਥੈਂਕ ਯੂ।